ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਹਾਂ ਜੀ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਨ ਤਾਂ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੀ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਦੇ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਬਾਦ ਦੇ ਹਾਂ ਜੀ ਅੱਜ ਦੀ ਪਹਿਲੀ ਵੱਡੀ ਖਬਰ ਦੇ ਬਲ ਪੰਜਾਬ ਦੀਆਂ ਸੜਕਾਂ ਤੇ ਲੱਗਣਗੇ ਹਾਈ ਟੈਕ ਕੈਮਰੇ ਟਰੈਪ ਦਾ ਰੂਲ ਆ ਤੋੜਨ ਵਾਲਿਆਂ ਦੇ ਘਰ ਪਹੁੰਚਣਗੇ ਚਲਾਨ ਇਹ ਹੈ ਦੋਸਤੋ ਚੰਡੀਗੜ੍ਹ ਦੇ ਤਾਜ਼ੇ ਪੰਜਾਬ ਦੇ ਵਿੱਚ ਵੀ ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਘਰ ਚਲਾਨ ਪਹੁੰਚੇਗਾ ਤੇ ਇਸ ਦੇ ਲਈ ਸੂਬੇ ਦੇ ਵੱਡੇ ਸ਼ਹਿਰਾਂ ਦੇ ਵਿੱਚ ਹਾਈ ਟੈਕ ਕੈਮਰੇ ਲਗਾਏ ਜਾਣਗੇ ਪਹਿਲੇ ਪੜਾਅ ਦੇ ਵਿੱਚ ਲੁਧਿਆਣਾ ਦੇ ਵਿੱਚ 1400 ਕੈਮਰੇ ਲਗਾ ਕੇ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ ਚਲਾਨ ਡਾਕੀ ਰਾਹੀਂ ਭੇਜੇ ਜਾਣਗੇ ਟਰਾਂਸਪੋਰਟ ਵਿਭਾਗ ਨੇ ਪੰਜਾਬ ਦੇ ਵਿੱਚ ਨਵੇਂ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਚਲਾਨ ਦੀ ਰਕਮ ਦੇ ਵਿੱਚ ਵਾਧਾ ਕਰਨ ਦੇ ਨਾਲ ਨਾਲ ਸਜ਼ਾ ਦੀਆਂ ਵਿਅਸਤਾਂਮ ਦੇ ਵਿੱਚ ਵੀ ਵਾਧਾ ਕੀਤਾ ਗਿਆ ਤੇ ਓਵਰ ਸਪੀਡਿੰਗ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੀ ਸਜ਼ਾ ਦੇ ਤੌਰ ਤੇ ਸਕੂਲ ਦੇ ਵਿੱਚ ਸੜਕ ਸੁਰੱਖਿਆ ਅਤੇ ਹਸਪਤਾਲ ਦੇ ਵਿੱਚ ਖੂਨ ਦਾਨ ਕਰਨ ਦਾ ਬਦਲ ਰੱਖਿਆ ਗਿਆ ਹੈ। ਸੰਵੇਦਨਸ਼ੀਲ ਅਮਾਰਤਾਂ ਦੀ ਸੁਰੱਖਿਆ ਬਧਾਇਕੀ ਸਰਕਾਰ ਖਾਲਸਤਾਨੀ ਸਮਰਥਕਾਂ ਦੀ ਸੂਚੀ ਤਿਆਰ ਕਰਨ ਦੇ ਵੀ ਹੁਕਮ। ਜਿਵੇਂ ਦੋਸਤੋ ਸਵੇਰੇ ਦੇ ਵਿੱਚ ਗੱਲ ਰਹੀਆਂ ਗੈਂਗਸਟਰ ਗਤੀਵਿਧੀਆਂ ਤੇ ਅਮਨ ਕਾਨੂੰਨ ਨੂੰ ਲੈ ਕੇ ਉਤਰੇ ਸਵਾਲਾਂ ਤੇ ਲਗਾਮ ਲਗਾਉਣ ਦੇ ਲਈ ਹੁਣ ਸਰਕਾਰ ਨੇ ਚੌਕਸੀ ਵਧਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਤਹਿਤ ਹੁਣ ਸੰਵੇਦਨਸ਼ੀਲ ਅਮਾਰਤਾਂ ਦੀਆਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਜਾ ਰਹੇ ਹਨ ਤੇ ਸਰਕਾਰ ਨੇ ਪੁਲਿਸ ਨੂੰ ਡੀਸੀ ਅਫਸਰਾਂ ਐਸਐਸਪੀ ਅਫਸਰਾਂ ਪੁਲਿਸ ਹੈੱਡਕੁਆਟਰ ਸਿਵਲ ਸਕੱਤਰੇ ਤੋਂ ਵੱਡੇ ਪਬਲਿਕ ਦੇ ਨਾਲ ਸਬੰਧਤ ਦਫ਼ਤਰਾਂ ਤੇ ਵੱਖ-ਵੱਖ ਇਮਾਰਤਾਂ ਦੀ ਸੁਰੱਖਿਆ ਵਧਾਉਣ ਦੇ ਹੁਕਮ ਦਿੱਤੇ ਹਨ ਜਿੱਥੇ ਲੋਕਾਂ ਦੀ ਜ਼ਿਆਦਾ ਆਵਾਜਾਈ ਹੁੰਦੀ ਹੈ ਇਹਦੇ ਨਾਲ ਹੀ ਵੱਖ-ਵੱਖ ਜਨਤਕ ਥਾਵਾਂ ਤੇ ਗਾਸਤ ਵਧਾਉਣ ਦੇ ਵੀ ਆਦੇਸ਼ ਦਿੱਤੇ ਗਏ ਹਨ ਤੇ ਇਮਾਰਤਾਂ ਦੀ ਸੁਰੱਖਿਆ ਨੂੰ ਚਾਰ ਸ਼੍ਰੇਣੀਆਂ ਵਿੱਚ ਵੰਡ ਕੇ ਤਾਇਨਾਤ ਕੀਤਾ ਜਾਵੇਗਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਮਾਰਤਾਂ ਨੂੰ ਇਹਨਾਂ ਸ਼੍ਰੇਣੀਆਂ ਵਿੱਚ ਵੰਡਿਆ ਜਾਵੇਗਾ ਤੇ ਇਥੇ ਲੋਡ ਦੇ ਅਨੁਸਾਰ ਮੈਟਲ ਡਿਟੈਕਟਰਾਂ ਦੀ ਵੀ ਗਿਣਤੀ ਵਧਾਈ ਜਾਵੇਗੀ ਬੱਸਕਾਰ ਦੀ ਟੱਕਰ ਦੇ ਵਿੱਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ ਆਪ ਦਾ ਵਰਕਰ ਸੀ ਅਰੁਣਦੀਪ ਤਾਂ ਦੋਸਤੋ ਖਾਨਾ ਨੈਸ਼ਨਲ ਹਾਈਵੇ ਤੇ ਗੁਰਦੁਆਰਾ ਮੰਜੀ ਸਾਹਿਬ ਕੋਟਾ ਦੇ ਕੋਲਾ ਜੀਟੀ ਰੋਡ ਤੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ 29 ਸਾਲਾ ਨੌਜਵਾਨ ਦੀ ਮੌਤ ਹੋ ਗਈ ਅਰੁਣਦੀਪ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਆਮ ਆਦਮੀ ਪਾਰਟੀ ਦਾ ਵਰਕਰ ਸੀ ਤੇ ਮੌਕੇ ਤੇ ਮੌਜੂਦ ਰਾਹੀਰ ਤੇ ਗੁਰਦੁਆਰਾ ਮੰਜੀ ਸਾਹਿਬ ਦੇ ਮੈਨੇਜਰ ਨੇ ਰਸਾਇਕ ਕਿ ਅਰੁੰਦੀਪ ਰਾਉ ਆਪਣੀ ਕਾਰ ਲੁਧਿਆਣਾ ਦੇ ਵਿੱਚ ਰਿਪੇਅਰ ਕਰਵਾਉਣਾ ਜਾ ਰਿਹਾ ਸੀ ਤੇ ਜਿਵੇਂ ਹੀ ਉਹ ਗੁਰਦੁਆਰਾ ਮੰਜੀ ਸਾਹਿਬ ਦੇ ਕੋਲ ਪਹੁੰਚਿਆ ਤਾਂ ਦੂਜੇ ਪਾਸਿਓਂ ਖੰਨਾ ਵਾਲੇ ਪਾਸੋਂ ਆ ਰਹੀ ਹਰਿਆਣਾ ਰੋਡਵੇ ਦੀ ਬੱਸ ਨੇ ਦੂਜੇ ਪਾਸੇ ਜਾ ਕੇ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਨਾਲ ਕਾਰ ਸਵਾਰ ਨੌਜਵਾਨ ਗਮੀਰੂ ਵਿੱਚ ਜਾਗਮਯੋ ਗਿਆ ਤੇ ਉਹਦੀ ਮੌਤ ਹੋ ਗਈ ਪੰਜਾਬ ਪਾਰ ਵਿੱਚ ਸ਼ਾਮ 4 ਵਜੇ ਤੋਂ 7 ਵਜੇ ਤੱਕ ਚਲਾਇਆ ਜਾਵੇਗਾ ਗਾਰਡਨ ਐਂਡ ਸਰਚ ਆਪਰੇਸ਼ਨ ਜਾਣੋ ਕੀ ਹੈ ਇਸ ਦਾ ਮੰਤਵ ਇਹਨਾਂ ਦੋਸਤੋ ਸੂਬੇ ਭਾਰ ਦੇ ਵਿੱਚ ਨਸ਼ਿਆਂ ਤੇ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਧਣ ਤੇ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਪੁਲਿਸ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ ਤੇ ਇਸ ਦੇ ਤਹਿਤ ਭਾਜਪਾ ਪੰਜਾਬ ਗੌਰਵ ਜਾਦਵ ਦੇ ਵੱਲੋਂ ਹਰ ਹਿਲਾ ਕੀਤਾ ਜਾ ਰਿਹਾ ਤੇ ਇਸ ਦੇ ਤਹਿਤ ਜਿੱਥੇ ਪੰਜਾਬ ਭਾਰ ਦੇ ਵਿੱਚ ਸ਼ਨੀਵਾਰ ਨੂੰ ਸ਼ਾਮ 4:00 ਵਜੇ ਤੋਂ 7:00 ਵਜੇ ਤੱਕ ਗਾਰਡਨ ਐਂਡ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਤੇ ਉੱਥੇ ਹੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਅਰुणਪਾਲ ਸਿੰਘ ਨੇ ਕਮਿਸ਼ਨ ਰੇਟ ਪੁਲਿਸ ਦੇ ਵੱਲੋਂ ਜ਼ਿਲ੍ਹੇ ਦੀ ਹਦੂਦ ਦੇ ਅੰਦਰ ਅਤੇ ਬਾਹਰੀ ਪਾਸਿਆਂ ਵੇਖੇ ਕਰੀਬਾ 74 ਪੁਲਿਸ ਨਾਕੇ ਲਗਾਏ ਤੇ ਜਿਨ੍ਹਾਂ ਨਾਕਿਆਂ ਦੇ ਉੱਤੇ ਕਰੀਬ 1200 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਇਹਨਾਂ ਦੇ ਵੱਲੋਂ ਸ਼ੱਕੀ ਲੋਕਾਂ ਤੇ ਸ਼ਰਾਰਤੀ ਅਨਸਰਾਂ ਦੀਆਂ ਗੱਡੀਆਂ ਵੀ ਚੈੱਕ ਕੀਤੀਆਂ ਜਾ ਰਹੀਆਂ ਹਨ ਤੇ ਇਸੇ ਤਰ੍ਹਾਂ ਹੀ ਅੰਮ੍ਰਿਤਸਰ ਜ਼ਿਲ੍ਹੇ ਦੀ ਹਦੂਦ ਦੇ ਵਿੱਚ ਪੈਂਦੇ ਸਾਰੇ ਥਾਣਿਆਂ ਨੂੰ ਆਪਣੇ ਖੇਤਰ ਦੇ ਵਿੱਚ ਗੈਰਕਾਨੂੰਨੀ ਗਤੀਵਿਧੀਆਂ ਤੇ ਨਸ਼ਾ ਦੇ ਅਤੇ ਗੁੰਡਾ ਅਨਸਰਾਂ ਨੂੰ ਫੜਨ ਦੇ ਲਈ ਆਦੇਸ਼ ਦਿੱਤੇ ਗਏ ਹਨ ਹੈਰਾਨੀਜਨਕ ਖੁਲਾਸਾ ਕੁੜੀਆਂ ਦੇ ਗੈਂਗ ਨੇ ਕਰਨਾ ਸੀ ਸਿੱਧੂ ਮੂਸੇਵਾਲਾ ਦਾ ਕਤਲ ਬਣਾਈਆਂ ਸਨ ਇਹ ਯੋਜਨਾਵਾਂ ਤਾਂ ਦੋਸਤੋ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਇੱਕ ਹੋਰ ਵੱਡਾ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਤੇ ਮਿਲੀ ਜਾਣਕਾਰੀ ਦੇ ਅਨੁਸਾਰ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਦੇ ਲਈ ਇੱਕ ਦੋ ਨਹੀਂ ਸਗੋਂ ਪੰਜ ਤੋਂ ਵੱਧ ਯੋਜਨਾਵਾਂ ਬਣਾਈਆਂ ਗਈਆਂ ਸਨ ਤੇ ਸਿੱਧੂ ਮੂਸੇਵਾਲਾ ਨੂੰ ਮਾਰਨ ਵਾਲੇ ਮੁਲਜ਼ਮਾਂ ਦੇ ਕੋਲੋਂ ਪੰਜਾਬ ਪੁਲਿਸ ਦੀਆਂ ਵਰਦੀਆਂ ਵੀ ਬਰਾਮਦ ਹੋਈਆਂ ਸਨ ਜਿਨ੍ਹਾਂ ਨੂੰ ਪਾ ਕੇ ਮੂਸੇਵਾਲਾ ਨੂੰ ਮਾਰਨ ਦੀ ਯੋ ਮੂਸੇਵਾਲਾ ਨੂੰ ਮਾਰਨ ਦੀਆ ਯੋਜਨਾਮਾ ਬੱਚਾ ਕੁੜਗਾਂ ਦਾ ਗੈਂਗ ਵੀ ਸ਼ਾਮਲ ਸੀ ਤੇ ਯੋਜਨਾ ਦੇ ਅਨੁਸਾਰ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਕੁੜਗਾਂ ਦਾ ਗੈਂਗ ਅਤੇ ਦੋ ਵਿਅਕਤੀ ਮੂਸੇਵਾਲਾ ਦੇ ਘਰ ਜਾਣਗੇ ਜੋ ਉਸ ਨੂੰ ਗੋਲੀਆਂ ਦੇ ਨਾਲ ਪੰਨ ਦੇਣਗੇ ਤੇ ਮੂਸੇਵਾਲਾ ਦੇ ਘਰ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਹੋਣ ਦੇ ਕਾਰਨ ਇਹ ਜੋ ਇਹਨਾ ਫੈਲ ਹੋ ਗਿਆ ਤੇ ਇਸ ਤੋਂ ਇਲਾਵਾ ਮੂਸੇਵਾਲਾ ਨੂੰ ਪੱਤਰਕਾਰ ਦੇ ਵਜੋਂ ਮਾਰਨ ਦੀ ਵੀ ਯੋਜਨਾ ਬਣਾਈ ਗਈ ਸੀ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਜਲਦ ਮਿਲੇਗਾ ਡੀਏ ਜਾਣੋ ਕਦੋਂ ਐਲਾਨੇ ਜਾ ਸਕਦੇ ਹਨ ਬਕਾਇਆ ਤਾਂ ਦੋਸਤੋ ਵੱਧਦੀ ਮਹਿੰਗਾਈ ਨੂੰ ਦੇਖਦੇ ਹੋਏ ਸਰਕਾਰ ਛੇਤੀ ਹੀ ਕੇਂਦਰੀ ਕਰਮਚਾਰੀਆਂ ਨੂੰ ਵਧੇ ਹੋਏ ਮਹਿੰਗਾਈ ਭੱਤੇ ਦਾ ਤੋਹਫ਼ਾ ਦੇ ਸਕਦੀ ਹੈ ਤੇ ਸਰਕਾਰ 3 ਅਗਸਤ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਦੇ ਵਿੱਚ ਡੀਏ ਵਿੱਚ 5 ਤੋਂ 6% ਵਾਧਾ ਦਾ ਫੈਸਲਾ ਲੈ ਸਕਦੇ ਹੈ ਤੇ ਐਦੇ ਨਾਲ ਦੇਸ਼ ਭਰ ਦੇ ਕਰੋੜਾਂ ਕੇਂਦਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਡੀਏ ਯਾਨੀ ਕਿ ਮਹਿੰਗਾਈ ਭੱਤੇ ਦਾ ਲਾਭ ਮਿਲ ਸਕਦਾ ਹੈ ਪਹਿਲਾਂ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਸਰਕਾਰ ਮਹਿੰਗਾਈ ਭੱਤੇ ਵਿੱਚ ਕਰੀਬ 5 ਫੀਸਦੀ ਦਾ ਵਾਅਦਾ ਕਰ ਸਕਦੀ ਹੈ ਪਰ 올 ਇੰਡੀਆ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਵੱਲੋਂ ਜਾਰੀ ਅੰਕੜਿਆਂ ਦੇ ਮੁਤਾਬਕ ਇਹ ਵਾਅਦਾ 5 ਫੀਸਦੀ ਬਜਾਏ 6 ਫੀਸਦੀ ਤੱਕ ਵੀ ਹੋ ਸਕਦਾ ਹੈ ਹਲਵਾਰਾ 에ਰਪੋਰਟ ਸ਼ੁਰੂ ਕਰਨ ਦੇ ਲਈ ਗੰਭੀਰਤਾ ਦੇ ਨਾਲ ਕੰਮ ਕਰ ਰਹੀ ਹੈ ਪੰਜਾਬ ਸਰਕਾਰ ਜੀहां ਦੋਸਤੋ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਮਾਰਚ ਮਹੀਨੇ ਵਿੱਚ ਸੂਬਾ ਸਰਕਾਰ ਬਣ ਤੋਂ ਬਾਅਦ ਹਲਵਾਰਾ ਹਵਾਈ ਅੱਡੇ ਨੂੰ ਜਲਦ ਤੋਂ ਜਲਦ ਸ਼ੁਰੂ ਕਰਨ ਦੇ ਲਈ ਇਮਾਨਦਾਰੀ ਅਤੇ ਗੰਭੀਰਤਾ ਦੇ ਨਾਲ ਯਤਨ ਕੀਤੇ ਜਾ ਰਹੇ ਹਨ ਤੇ ਇਸ ਮੁੱਦੇ ਤੇ ਸਰਕਾਰ ਪੱਧਰ ਤੇ ਕੁੱਝ ਮੀਟਿੰਗਾਂ ਵੀ ਹੋਈਆਂ ਹਨ ਸੰਸਦ ਮੈਂਬਰ ਸੰਜੀਵ ਅਰੋੜਾ ਵੀ ਇਸ ਮਾਮਲੇ ਨੂੰ ਲਗਾਤਾਰ ਦੇਖ ਰਹੇ ਹਨ ਉਹਨਾਂ ਨੇ ਚੇਅਰਮੈਨ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਦੇ ਨਾਲ ਮੀਟਿੰਗ ਕਰਨ ਤੋਂ ਇਲਾਵਾ ਡੈਪਟੀ ਕਮਿਸ਼ਨਰ ਲੁਧਿਆਣਾ ਜੋ ਕਿ ਗਲਾਡਾ ਦੇ ਮੁੱਖ ਪ੍ਰਸ਼ਾਸਕ ਵੀ ਹਨ ਦੇ ਨਾਲ ਮੀਟਿੰਗ ਕੀਤੀ ਹੈ ਤੇ ਇਸ ਸਬੰਧੀ ਸੂਬਾ ਸਰਕਾਰ ਦੀਆਂ ਦੋ ਅੰਦਰੂਨੀ ਮੀਟਿੰਗਾਂ ਵੀ ਹੋ ਚੁੱਕੀਆਂ ਹਨ ਜਿਨ੍ਹਾਂ ਦੇ ਵਿੱਚ ਫੈਸਲਾ ਕੀਤਾ ਗਿਆ ਕਿ ਬਾਕੀ ਖਰਚ ਸੂਬਾ ਸਰਕਾਰ ਦੇ ਵੱਲੋਂ ਹੀ ਚੁੱਕਣਾ ਹੋਵੇਗਾ ਕਿਸਾਨਾਂ ਮਜ਼ਦੂਰਾਂ ਬੀਬੀਆਂ ਦੇ ਵੱਲੋਂ ਕਾਲੇ ਚੋਲੇ ਪਾ ਕੇ ਕਾਲੇ ਝੰਡਿਆਂ ਦੇ ਨਾਲ ਰੋਸ਼ ਮਾਰਚ ਤਾਂ ਦੋਸਤੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਪੰਜਾਬ ਪੱਧਰ ਤੇ ਪਾਣੀਆਂ ਨੂੰ ਲੈ ਕੇ ਅੰਮ੍ਰਿਤਸਰ ਸਮੇਤ 11 ਥਾਮਾਂ ਤੇ ਚੱਲ ਰਹੇ ਸੰਘਰਸ਼ ਦੇ ਦੌਰਾਨ ਭਾਰੀ ਬਰਸਾਤ ਅਤੇ ਮੱਖੀ ਮੱਛਰ ਦੇ باوجود ਸੰਘਰਸ਼ੀ ਕਿਸਾਨਾਂ ਦੇ ਹੌਸਲੇ ਬੁਲੰਦ ਦਿਖਾਈ ਦਿੱਤੇ ਧਰਨੇ ਦੇ ਤੀਜੇ ਦਿਨ ਇਲਾਕੇ ਦੇ ਨਿਵਾਸੀਆਂ ਦੇ ਵੱਲੋਂ ਲੰਗਰ ਚਾਹ ਅਤੇ ਪਾਣੀ ਆਦਿ ਸੇਵਾ ਵੀ ਨਿਭਾਈ ਜਾ ਰਹੀ ਹੈ ਕਾਲਜ ਅਤੇ ਬੰਨੀ ਦੇ ਵੱਲੋਂ ਕਾਲੇ ਚੋਲੇ ਪਾ ਕੇ ਤੇ ਕਾਲੇ ਝੰਡੇ ਫੜ ਕੇ ਧਰਨਾ ਸਟੇਜ ਤੋਂ ਸ਼ੁਰੂ ਕਰਕੇ ਵਰਲਡ ਬੈਂਕ ਦੀ ਨੀਤੀ ਦੇ ਤਹਿਤ ਲਾਰਸਨ ਐਂਡ ਟਰਬੋ ਲਿਮਟਿਡ ਦੇ ਵੱਲੋਂ ਲਗਾਏ ਜਾ ਰਹੀ ਨਹਿਰੀ ਪਾਣੀ ਸਾਫ ਕਰਕੇ ਪੀਣ ਯੋਗ ਬਣਾਉਣ ਦੇ ਪ੍ਰੋਜੈਕਟ ਤੱਕ ਕਾਰਪੋਰੇਟ ਤੇ ਸਰਕਾਰਾਂ ਦੇ ਖਿਲਾਫ ਰੋਸ਼ਮਾਰਜ ਕੀਤਾ ਗਿਆ ਜੋ ਪ੍ਰੋਜੈਕਟ ਦੇ ਸਾਹਮਣੇ ਜਮ ਕੇ ਨਾਰੇਬਾਜੀ ਵੀ ਕੀਤੀ ਗਈ ਸ਼੍ਰੋਮਣੀ ਕਮੇਟੀ ਬੰਦੀ ਸਿੰਘਾ ਦੇ ਨਾਲ ਕੀਤੇ ਜਾ ਰਹੇ ਧੱਕੇ ਬਾਰੇ ਜਾਣਕਾਰੀ ਦਿੰਦਿਆਂ ਗੁਰਦੁਆਰਿਆਂ ਵਿੱਚ ਲਗਾਵੇਗੀ ਬੋਰਡ ਐਡਵੋਕੇਟ ਧਾਮੀ ਤਾ ਦੋਸਤੋ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਥੇਦਾਰ ਹਰਪ੍ਰੀਤ ਸਿੰਘ ਦੇ ਵੱਲੋਂ ਧਾਰਮਿਕ ਸੰਸਥਾਾਂ ਅਤੇ ਸਿੱਖ ਕੌਮ ਨੂੰ ਜਾਰੀ ਕੀਤੇ ਗਏ ਆਦੇਸ਼ ਤੋਂ ਬਾਅਦ ਹੁਣ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਸਾਹਮਣੇ ਹੈ ਤੇ ਉਹਨਾਂ ਨੇ ਕਹਿ ਕੇ ਜਥੇਦਾਰ ਦੇ ਬਿਆਨ ਨੂੰ ਗੰभीरता ਦੇ ਨਾਲ ਲੈਂਦਿਆਂ ਐਸਜੀਪੀਸੀ ਦੇ ਵੱਲੋਂ ਗੁਰੂ ਘਰਾਂ ਦੇ ਬਾਹਰ ਬੰਦੀ ਸਿੰਘਾਂ ਬਾਰੇ ਫਲੈਕਸ ਬੋਰਡ ਲਗਾਉਣ ਦੇ ਲਈ ਕਾਰਵਾਈ ਆਰੰਭ ਕਰ ਦਿੱਤੀ ਹੈ ਇਸ ਮੌਕੇ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਰੀਬਾਲ ਦੇ ਖਿਲਾਫ ਜਮ ਕੇ ਪੜਾਅ ਕੱਢੀ ਗਈ ਹੈ ਪੰਜਾਬ ਦੇ 2700 ਇਟਾ ਪੱਠਾ ਮਾਲਕਾਂ ਦੇ ਵੱਲੋਂ ਸਾਰੇ ਪੱਠੇ ਅਣਮਿੱਥੇ ਸਮੇਂ ਤੱਕ ਬੰਦ ਰੱਖਣ ਦਾ ਐਲਾਨ ਜੀ ਹਾਂ ਦੋਸਤੋ ਕਿਨ ਸਰਕਾਰ ਦੇ ਵੱਲੋਂ ਇਮਾਰਤਾਂ ਤੇ ਹੋਰ ਅਸਾਰੀ ਦੇ ਕੰਮਾਂ ਦੇ ਵਿੱਚ ਵਰਤੀਆਂ ਜਾਂਦੀਆਂ ਇੱਟਾਂ ਦੇ ਉੱਤੇ GST ਦੇ ਦਰ ਵਧਾਏ ਜਾਣ ਅਤੇ ਕੋਲੇ ਦੇ ਰੇਟਾਂ ਦੇ ਵਿੱਚ ਹੋਏ ਅਥਾਵਾਦ ਦੇ ਤੋਂ ਇਲਾਵਾ ਹੋਰ ਕਈ ਮੰਗਾਂ ਨੂੰ ਲੈ ਕੇ ਅੱਜ ਇੱਥੇ ਪੰਜਾਬ ਪੱਠਾ ਐਸੋਸੀਏਸ਼ਨ ਦੇ ਵੱਲੋਂ ਸੂਬੇ ਦੇ ਸਮੂਹ ਤਾਈਸੋ ਪੱਠੇ ਅਨਮਿੱਥੇ ਸਮੇਂ ਤੱਕ ਲਈ ਬੰਦ ਰੱਖਣ ਦਾ ਐਲਾਨ ਕਰਦੇ ਹੋਏ ਇਹ ਚੇਤਾਵਨੀ ਦਿੱਤੀ ਗਈ ਕਿ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਤੇ ਧਿਆਨ ਨਾ ਦਿੱਤਾ ਤਾਂ ਉਹ ਪੁਰਾਣੀ ਬਣੀ ਪਈ ਇੱਟਾਂ ਦੀ ਵਿਕਰੀ ਵੀ ਠੱਪ ਕਰ ਦੇਣਗੇ ਮੀਟਿੰਗ ਦੇ ਪ੍ਰਧਾਨ ਕੇ ਕਰਦੇ ਆ ਪੰਜਾਬ ਪੱਠਾ ਐਸੋਸੀਏਸ਼ਨ ਦੇ ਪ੍ਰਧਾਨ ਰਮੇਸ਼ ਮੋਹੀ ਅਤੇ ਵਾਈਸ ਪ੍ਰਧਾਨ ਲਾਡੀ ਕਨਾਨੀ ਨੇ ਕਿਹਾ ਕਿ ਕਿਨ ਸਰਕਾਰ ਨੇ ਜੀਐਸਟੀ ਦੀ ਦਰ 5% ਤੋਂ ਵਧਾ ਕੇ 12 ਫੀਸ ਦੇ ਕਰਕੇ ਦੇਖਦੇ ਲੱਖਾਂ ਪੱਠਾ ਮਾਲਕਾਂ ਸਮੇਤ ਇਸ ਕਿਤੇ ਦੇ ਨਾਲ ਸਿੱਧੇ ਤੌਰ ਤੇ ਜੁੜੇ ਕਰੋੜਾ ਮਜ਼ਦੂਰਾ ਅਤੇ ਹੋਰ ਗਰੀਬ ਲੋਕਾਂ ਦਾ ਰੋਜ਼ਗਾਰ ਖੋਹਦਾ ਕੰਮ ਕੀਤਾ ਹੈ ਤੇ ਇਹਨਾਂ ਆਗੂ ਨੇ ਆਖ ਕੇ ਪੱਠੇ ਚਲਾਉਣ ਲਈ ਵਰਤੇ ਜਾਂਦੇ ਕੋਲੇ ਦੇ ਰੇਟਾਂ ਵਿੱਚ ਵੀ ਜਾਣਕ ਤੈਨ ਗੁਣਾ ਵਾਧਾ ਹੋਣ ਦੇ ਨਾਲ ਉਹ ਆਪਣੇ ਪੱਠੇ ਬੰਦ ਕਰਨ ਦੇ ਲਈ ਮਜਬੂਰ ਹੋ ਗਏ ਹਨ ਤੇ ਜਿਸ ਕਰਕੇ ਪੰਜਾਬ ਦੇ ਪੱਠਿਆਂ ਤੇ ਕੰਮ ਕਰਦੇ 2.5 ਲੱਖ ਮਜ਼ਦੂਰਾਂ ਦੀ ਰੋਜੀ ਰੋਟੀ ਵੀ ਠੱਪ ਹੋ ਗਈ ਹੈ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਬਾਲਣ ਦੇ ਲਈ ਅਹਿਮ ਖਬਰ ਪਾਸਪੋਰਟ ਬਣਾਉਣ ਦੇ ਲਈ ਸਤੰਬਰ ਤੱਕ ਕਾਰਨਾ ਪਵੇਗਾ ਇੰਤਜ਼ਾਰ ਜਾਣੋ ਬਜਾ ਜੀ ਹਾਂ ਦੋਸਤੋ ਰੀਜਨਲ ਪਾਸਪੋਰਟ ਅਫਸਰ ਚੰਡੀਗੜ੍ਹ ਤੋਂ ਪਾਸਪੋਰਟ ਬਣਵਾਉਣ ਦੇ ਲਈ ਲੋਕਾਂ ਨੂੰ ਆਨਲਾਈਨ ਅਪਾਇੰਟਮੈਂਟ ਨਹੀਂ ਮਿਲ ਰਹੀ ਹੈ ਤੇ ਆਨਲਾਈਨ ਅਪਾਇੰਟਮੈਂਟ ਦੇ ਲਈ ਲੋਕਾਂ ਨੂੰ ਸਤੰਬਰ 2022 ਤੱਕ ਦਾ ਇੰਤਜ਼ਾਰ ਕਰਨਾ ਪਵੇਗਾ ਤੇ ਇੱਕ ਤੋਂ ਡੇਢ ਮਹੀਨੇ ਦੇ ਇੰਤਜ਼ਾਰ ਦੇ ਬਾਅਦ ਲੋਕਾਂ ਨੂੰ ਅਪਾਇੰਟਮੈਂਟ ਮਿਲ ਰਹੀ ਹੈ ਤੇ ਦੱਸਦੇ ਇੱਕ ਕੋਵਿਡ-19 ਦੇ ਕਾਰਨ ਬੀਤੇ 2 ਸਾਲ بار بار ਲਾਕਡਾਊਨ ਦੀ ਪ੍ਰਕਿਰਿਆ ਦੇ ਕਾਰਨ ਤੇ ਵਿਦੇਸ਼ ਦੇ ਵਿੱਚ ਮਹਾਮਾਰੀ ਦੇ ਦੌਰਾਨ ਸਥਿਤੀ ਵੀ ਕਾਬੂ ਹੋਣ ਦੇ ਨਾਲ ਲੋਕਾਂ ਦੇ ਬਾਹਰ ਜਾ ਕੇ ਕੰਮ ਕਰਨ ਸਟੱਡੀ ਵੀਜ਼ਾ ਤੇ ਹੋਰ ਕਾਰਜਾਂ ਲਈ ਪਾਸਪੋਰਟ ਬਣਵਾਉਣੇ ਬੰਦ ਕਰ ਦਿੱਤੇ ਸਨ ਤੇ ਲੋਕਡਾਊਨ ਦੇ ਦੌਰਾਨ ਕੇਵਲ ਉਹ ਲੋਕ ਹੀ ਪਾਸਪੋਰਟ ਲਈ ਅਪਲਾਈ ਕਰ ਰਹੇ ਸਨ ਜਿਨ੍ਹਾਂ ਨੂੰ ਕਿਸੇ ਜ਼ਰੂਰੀ ਕੰਮ ਜਾਂ ਆਪਾਤਕਾਲੀ ਨਸਤੇਤੀ ਦੀ ਵਿੱਚ ਵਿਦੇਸ਼ ਜਾਣਾ ਸੀ ਪਰ ਹੁਣ ਸਥਿਤੀ ਠੀਕ ਹੋਣ ਦੇ ਬਾਵਜੂਦ ਸਟੱਡੀ ਵੀਜ਼ਾ ਵਰਕ ਵੀਜ਼ਾ ਅਤੇ ਹੋਰ ਨਾ ਵੀਜ਼ਾ ਨੇ ਚੱਲਦੇ ਪਾਸਪੋਰਟ बनवाਉਣ ਦੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਮਜ਼ਦੂਰਾਂ ਦੇ ਲਈ ਭਲਾਈ ਸਕੀਮਾਂ ਨੂੰ ਹਰ ਮਜ਼ਦੂਰ ਤੱਕ ਪਹੁੰਚਾਇਆ ਜਾਵੇ ਅਨਮੋਲ ਗਗਨ ਮਾਨ ਤਾਂ ਦੋਸਤੋ ਪੰਜਾਬ ਦੇ ਕੈਬਨਟ ਮੰਤਰੀ ਅਨਮੋਲ ਗਗਨ ਮਾਨ ਨੇ ਲੇਬਰ ਵਿਭਾਗ ਦੇ ਅਧਿਕਾਰੀਆਂ ਨੂੰ ਮਜ਼ਦੂਰ ਵਰਗ ਦੀਆਂ ਸਮੱਸਿਆਵਾਂ ਦੇ ਹਰ ਸੰਭਵ ਹੱਲ ਦੇ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਦੇ ਦੌਰਾਨ ਮਜ਼ਦੂਰਾਂ ਭਲਾਈ ਸਕੀਮਾਂ ਨੂੰ ਹਰੇਕ ਮਜ਼ਦੂਰ ਤੱਕ ਪਹੁੰਚਾਉਣ ਦੇ ਆਦੇਸ਼ ਦਿੰਦਿਆ ਕਿ ਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਵੱਲੋਂ ਮਜ਼ਦੂਰਾਂ ਦਲੇਈ ਕਈ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਤੇ ਜਿਨ੍ਹਾਂ ਦਾ ਲਾਭ ਲੈ ਕੇ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਜੀਵਨ ਪੱਧਰ ਉੱਚਾ ਚੁੱਕ ਸਕਦੇ ਹਨ ਕੈਬਨਟ ਮੰਤਰੀ ਨੇ ਨਿਰਦੇਸ਼ ਦਿੱਤੇ ਹਨ ਕਿ ਪੰਜਾਬ ਬਿਲਡਿੰਗ ਐਂਡ ਕੰਟਰাকਸ਼ਨ ਵਰਕਰਜ਼ ਵੈਲਫੇਅਰ ਬੋਰਡ ਅਧੀਨ ਉਸਾਰੀ ਕਰਤਿਆਂ ਦੇ ਰਜਿਸਟ੍ਰੇਸ਼ਨ ਦੇ ਵਿੱਚ ਤੇਜ਼ੀ ਲਿਆਉਣ ਦੇ ਸਬੰਧੀ ਯੋਜਨਾ ਬਣਾਈ ਜਾਵੇ ਤੇ ਉਸਾਰੀ ਕਰਤਿਆਂ ਨੂੰ ਰਜਿਸਟਰ ਕਰਨ ਅਤੇ ਵੱਖ-ਵੱਖ ਸਕੀਮਾਂ ਦੇ ਸਬੰਧੀ ਜਾਣੂ ਕਾਰਨ ਦੇ ਲਈ ਜਾਗਰੂਕਤਾ ਕੈਂਪਲ ਗਾਇਜਨ ਤੇ ਮੰਤਰੀ ਨੇ ਕਿਹਾ ਕਿ ਸੇਵਾ ਕੇਂਦਰਾਂ ਦੇ ਵਿੱਚ ਸਾਰੀ ਕਰਤਿਆਂ ਦੇ ਰਜਿਸਟ੍ਰੇਸ਼ਨਾਂ ਤੇ ਭਲਾਈ ਸਕੀਮਾਂ ਦੇ ਫਾਰਮ ਭਰਨਾਂ ਸਮੇਂ ਊਨਾਣੂ ਏਜੰਟਾਂ ਨੂੰ ਲੁੱਟ ਤੋਂ ਬਚਾਇਆ ਜਾਵੇ ਤੇ ਏਜੰਟਾਂ ਨੂੰ ਠੱਲ ਪਾਈ ਜਾਵੇ ਤੇ ਇਸ ਤੋਂ ਇਲਾਵਾ ਪੰਜਾਬ ਬਿਲਡਿੰਗ ਐਂਡ ਅਦਰ ਕੰਟਰੈਕਸ਼ਨ ਵਰਕਰਜ਼ ਫੈਲਪੀਅਰ ਬੋਰਡ ਅਤੇ ਲੇਬਰ ਵੈਲਫੇਅਰ ਬੋੜਾ ਪੰਜਾਬ ਦੇ ਵਿੱਚ ਵੱਖ-ਵੱਖ ਸਕੀਮਾਂ ਦੇ ਅਧੀਨ ਲੰਬੇਤ ਅਰਜ਼ੀਆਂ ਦਾ ਨਪਟਾਰਾ ਜਲਦ ਤੋਂ ਜਲਦ ਕੀਤਾ ਜਾਵੇ ਮੁੱਖ ਮੰਤਰੀ ਨੇ ਮਹਾਲੀ ਵਿੱਚ ਬਣ ਰਹੇ ਆਮ ਆਦਮੀ ਕਲੀਨਿਕ ਦਾ ਕੀਤਾ ਦੌਰਾ ਕਿਹਾ 100 ਤੋਂ ਬਾਅਦ ਟੈਸਟ ਮੁਫਤ ਹੋਣਗੇ ਜੀ ਆਹ ਦੋਸਤੋ ਮੁੱਖ ਮੰਤਰੀ ਭਗਵੰਤ ਬਾਣ ਨੇ ਸਨੇਚਰਬਾਰ ਨੂੰ ਪੇਜ 5 ਦੇ ਵਿੱਚ ਨਵੇਂ ਬਣ ਰਹੇ ਆਮ ਆਦਮੀ ਕਲੀਨਿਕ ਦੇ ਕਾਰਜਾਂ ਦਾ ਜਾਇਜ਼ਾ ਲੈਣ ਦੇ ਲਈ ਅਚਨਚੇਤ ਦੌਰਾ ਕੀਤਾ ਇਸ ਦੌਰਾਨ ਮੁੱਖ ਮੰਤਰੀ ਨੇ ਕੈਬਨਟ ਮੰਤਰੀ ਬ੍ਰਹਮਸ਼ੰਕਰ ਅਤੇ ਸੁਭਾ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਦੇ ਵਿੱਚ ਇਸ ਕਲੀਨਿਕ ਦੇ ਚੱਲ ਰਹੇ ਕੰਮ ਦੀ ਸਮੀਖਿਆ ਕੀਤੀ ਇਨ੍ਹਾਂ ਕਾਰਜਾਂ ਦੇ ਉੱਤੇ ਤਸੱਲੀ ਜ਼ਾਹਿਰ ਕਰਦਿਆਂ ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਕਿਹਾ ਕਿ ਇਹ ਕੰਮ ਤੈਅ ਸਮਾਂ ਹੱਦ ਦੇ ਅੰਦਰ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਹਿ ਕੇ ਪੜਲੇ ਪੜਾ ਦੇ ਵਿੱਚ ਅਜਾਹੇ 75 ਆਮ ਆਦਮੀ ਕਲੀਨਿਕ ਬਣ ਰਹੇ ਹਨ ਜੋ ਕਿ 15 ਅਗਸਤ ਨੂੰ 75ਵੇਂ ਸੁਤੰਤਰਤਾ ਦਿਵਸ ਮੌਕੇ ਨੂੰ ਸਮਰਪਿਤ ਕੀਤੇ ਜਾਣਗੇ। ਇਹ ਕਲੀਨਿਕ ਸੂਬੇ ਭਾਰਤ ਦੇ ਲੋਕਾਂ ਨੂੰ ਬਿਹਤਰੀਨ ਸਿਹਤ ਸੇਵਾਵਾਂ ਮੁਫਤ ਵਿੱਚ ਮੁਹੱਈਆ ਕਰਨਗੇ ਤੇ ਉਹਨਾਂ ਨੇ ਕਹਿ ਕੇ ਹਰੇਕ ਆਮ ਆਦਮੀ ਕਲੀਨਿਕ ਦੇ ਵਿੱਚ ਮਰੀਜ਼ਾਂ ਦੇ ਇਲਾਜ ਅਤੇ ਬਿਮਾਰੀਆਂ ਦਾ ਪਤਾ ਲਗਾਉਣ ਦੇ ਲਈ ਐਮ ਬੀਬੀਐਸ ਡਾਕਟਰ ਫਾਰਮੈਸਟ ਨਰਸ ਅਤੇ ਹੋਰ ਬਣੇ ਡਾਕਟਰ ਫਾਰਮਾਸ ਫਾਰਮਾ ਸੇਸ਼ਟ ਫਾਰਮਾ ਡਾਕਟਰ ਆਫ ਫਾਰਮਾਸਿਸਟ ਨਰਸ ਅਤੇ ਹੋਰਾਂ ਸਣੇ ਸਟਾਫ ਦੇ 4 ਤੋਂ 5 ਵਿਅਕਤੀ ਹੋਣਗੇ ਤੇ ਭਗਵਾਨਤ ਮਾਨ ਨੇ ਦੱਸਿਆ ਹੈ ਕਿ ਇਨ੍ਹਾਂ ਆਮ ਆਦਮੀ ਕਲੀਨਿਕਾਂ ਦੇ ਬਿਜੇ ਤਕਰੀਬਨ 900 ਕਲੀਨਿਕ ਟੈਸਟਾਂ ਦੇ ਨਾਲ 41 ਪੈਕੇਜ ਲੋਕਾਂ ਨੂੰ ਮੁਫਤ ਦਿੱਤੇ ਜਾਣਗੇ